मिती 22-10 ਨੂੰ ਅਠੌਲਾ ਪਿੰਡ ਦੇ ਵਿੱਚ ਇੱਕ ਗਰਮੇਜ ਸਿੰਘ ਗੋਸ਼ੇ ਦੇ ਉੱਪਰ ਜਿਹੜਾ ਗੋਲੀਆਂ ਚਲਾਈਆਂ ਗਈਆਂ ਸੀ ਉਹਨੂੰ ਮਾਰ ਦੇਣ ਦੀ ਨੀਅਤ ਦੇ ਨਾਲ, ਜਿਸ ਦੇ ਵਿੱਚ ਦੋ ਸ਼ੂਟਰ ਜਿਹੜੇ ਆ ਜਲੰਧਰ ਰੂਰਲ ਪੁਲਿਸ ਨੇ ਪਹਿਲਾਂ ਪਕੜੇ ਸੀਗੇ। ਇਹਦੇ ਵਿੱਚ ਜਲੰਧਰ ਰੂਰਲ ਪੁਲਿਸ ਨੂੰ ਹੋਰ ਬੜੀ ਕਾਮਯਾਬੀ ਮਿਲੀ ਹੈ, ਜਦੋਂ ਇਹਨਾਂ ਨੇ ਇੱਕ ਲਵਪ੍ਰੀਤ ਸਿੰਘ ਇਲੀਅਸ ਲਵੀ ਨੂੰ ਜਦੋਂ ਕੁਵੈਤ ਭੱਜਣ ਦੀ ਤਿਆਰੀ ਕਰਦੇ ਹੋਏ ਅਰੈਸਟ ਕੀਤਾ, ਔਰ ਇਹਨੂੰ ਅਰੈਸਟ ਕਰਨ ਤੋਂ ਬਾਅਦ ਇਹਦੇ ਕੋਲੋਂ ਦੋ ਕਾਰਾਂ ਜਿਸ 'ਤੇ ਜਾਅਲੀ ਨੰਬਰ ਲਾ ਕੇ ਇਹਨੇ ਬਹੁਤ ਵਾਰਦਾਤਾਂ ਕੀਤੀਆਂ ਨੇ, ਇੱਕ ਪਿਸਟਲ ਜਿਹੜਾ ਇਹਦੇ ਕੋਲੋਂ ਬਰਾਮਦ ਕੀਤਾ, ਔਰ ਇਹਨੇ ਪੁੱਛਗਿੱਛ ਦੇ ਵਿੱਚ ਦੱਸਿਆ ਕਿ ਇਹਦਾ ਗੋਸ਼ੇ ਦੇ ਇੱਕ ਰਿਸ਼ਤੇਦਾਰ ਦੇ ਨਾਲ ਗੱਲ ਹੁੰਦੀ ਸੀ, ਜੋ ਪਵਿੱਤਰ ਅਤੇ ਹੁਸਨਦੀਪ ਦੇ ਨਾਲ ਜਿਹੜਾ ਬਾਹਰ ਇਨ ਟੱਚ ਸੀ ਔਰ ਲੱਖੇ ਦੇ ਨਾਲ ਇਨ ਟੱਚ ਸੀਗਾ ਇਹ ਡਾਇਰੈਕਟਲੀ, ਔਰ ਉਹਨਾਂ ਦੇ ਇਸ਼ਾਰੇ ਦੇ ਉੱਤੇ ਉਹਨਾਂ ਕੋਲੋਂ ਪੈਸੇ ਲੈ ਕੇ ਜਿਹੜਾ ਇਹਨੂੰ ਇਹਨੇ ਗੋਲੀਆਂ ਮਰਵਾਈਆਂ ਨੇ। ਔਰ ਇਹਦੇ ਵਿੱਚ ਇਸ ਬੰਦੇ ਦੇ ਪਾਕਿਸਤਾਨ ਦੇ ਵਿੱਚ ਵੀ ਕਾਫੀ ਲਿੰਕ ਨੇ, ਜਿਸ 'ਤੇ ਅਸੀਂ ਕੰਮ ਕਰ ਰਹੇ ਹਾਂ। ਇਹਨੂੰ ਪਕੜਨ ਦੇ ਨਾਲ ਨਾਲ ਜਿਹੜਾ ਕਾਫੀ ਵੱਡੀ ਕਾਮਯਾਬੀ ਮਿਲੀ ਔਰ ਮੋਸਟਲੀ ਸਾਰਾ ਕੇਸ ਜਿਹੜਾ ਉਹ ਕ੍ਰੈਕ ਹੋ ਗਿਆ। ਮਿਤੀ 22-10 ਨੂੰ ਅਠੌਲਾ ਪਿੰਡ ਦੇ ਵਿੱਚ ਇੱਕ ਗਰਮੇਜ ਸਿੰਘ ਗੋਸ਼ੇ ਦੇ ਉੱਪਰ ਜਿਹੜਾ ਗੋਲੀਆਂ ਚਲਾਈਆਂ ਗਈਆਂ ਸੀ ਉਹਨੂੰ ਮਾਰ ਦੇਣ ਦੀ ਨੀਅਤ ਦੇ ਨਾਲ, ਜਿਸ ਦੇ ਵਿੱਚ ਦੋ ਸ਼ੂਟਰ ਜਿਹੜੇ ਆ ਜਲੰਧਰ ਰੂਰਲ ਪੁਲਿਸ ਨੇ ਪਹਿਲਾਂ ਪਕੜੇ ਸੀਗੇ। ਇਹਦੇ ਵਿੱਚ ਜਲੰਧਰ ਰੂਰਲ ਪੁਲਿਸ ਨੂੰ ਹੋਰ ਬੜੀ ਕਾਮਯਾਬੀ ਮਿਲੀ ਹੈ, ਜਦੋਂ ਇਹਨਾਂ ਨੇ ਇੱਕ ਲਵਪ੍ਰੀਤ ਸਿੰਘ ਇਲੀਅਸ ਲਵੀ ਨੂੰ ਜਦੋਂ ਕੁਵੈਤ ਭੱਜਣ ਦੀ ਤਿਆਰੀ ਕਰਦੇ ਹੋਏ ਅਰੈਸਟ ਕੀਤਾ, ਔਰ ਇਹਨੂੰ ਅਰੈਸਟ ਕਰਨ ਤੋਂ ਬਾਅਦ ਇਹਦੇ ਕੋਲੋਂ ਦੋ ਕਾਰਾਂ ਜਿਸ 'ਤੇ ਜਾਅਲੀ ਨੰਬਰ ਲਾ ਕੇ ਇਹਨੇ ਬਹੁਤ ਵਾਰਦਾਤਾਂ ਕੀਤੀਆਂ ਨੇ, ਇੱਕ ਪਿਸਟਲ ਜਿਹੜਾ ਇਹਦੇ ਕੋਲੋਂ ਬਰਾਮਦ ਕੀਤਾ, ਔਰ ਇਹਨੇ ਪੁੱਛਗਿੱਛ ਦੇ ਵਿੱਚ ਦੱਸਿਆ ਕਿ ਇਹਦਾ ਗੋਸ਼ੇ ਦੇ ਇੱਕ ਰਿਸ਼ਤੇਦਾਰ ਦੇ ਨਾਲ ਗੱਲ ਹੁੰਦੀ ਸੀ, ਜੋ ਪਵਿੱਤਰ ਅਤੇ ਹੁਸਨਦੀਪ ਦੇ ਨਾਲ ਜਿਹੜਾ ਬਾਹਰ ਇਨ ਟੱਚ ਸੀ ਔਰ ਲੱਖੇ ਦੇ ਨਾਲ ਇਨ ਟੱਚ ਸੀਗਾ ਇਹ ਡਾਇਰੈਕਟਲੀ, ਔਰ ਉਹਨਾਂ ਦੇ ਇਸ਼ਾਰੇ ਦੇ ਉੱਤੇ ਉਹਨਾਂ ਕੋਲੋਂ ਪੈਸੇ ਲੈ ਕੇ ਜਿਹੜਾ ਇਹਨੂੰ ਇਹਨੇ ਗੋਲੀਆਂ ਮਰਵਾਈਆਂ ਨੇ। ਔਰ ਇਹਦੇ ਵਿੱਚ ਇਸ ਬੰਦੇ ਦੇ ਪਾਕਿਸਤਾਨ ਦੇ ਵਿੱਚ ਵੀ ਕਾਫੀ ਲਿੰਕ ਨੇ, ਜਿਸ 'ਤੇ ਅਸੀਂ ਕੰਮ ਕਰ ਰਹੇ ਹਾਂ। ਇਹਨੂੰ ਪਕੜਨ ਦੇ ਨਾਲ ਨਾਲ ਜਿਹੜਾ ਕਾਫੀ ਵੱਡੀ ਕਾਮਯਾਬੀ ਮਿਲੀ ਔਰ ਮੋਸਟਲੀ ਸਾਰਾ ਕੇਸ ਜਿਹੜਾ